ਐਕਸਕਿਊਜ਼ ਮੀ, ਆ ਤੁਹਾਡਾ ਹੈਂਕੀ ਜੀ? ਇਹਨਾਂ ਦਾ ਤਾਂ ਕੰਮ ਹੀ ਇਹੀ ਹੈ, ਛੱਡ ਇਹਨਾਂ ਨੂੰ ਪਰੇ। ਇਹਨਾਂ ਨੂੰ ਪਤਾ ਆਪਾਂ ਜ਼ਿਮੀਦਾਰ ਘਰਾਂ ਦੀਆਂ ਜੱਟੀਆਂ, ਤਾਂ ਹੀ ਮਗਰ ਮਗਰ ਆਉਂਦੇ ਆ। ਪਹਿਲਾਂ ਰੁਮਾਲ ਫੜਾਉਂਦੇ ਆ, ਫਿਰ ਹੱਥ ਫੜਨਗੇ। ਸੰਨ 88 ਦੀ ਬੰਦੂਕ ਜਿਹਾ ਗੱਭਰੂ, ਸਾਂਭ ਸਾਂਭ ਰੱਖੇ ਮੈਨੂੰ ਬਾਪ ਨੀ। ਓਏ ਉਹੀ ਕੋਕਰੀ ਦਾ ਘੈਂਟ ਜੱਟ ਮੈਂ, ਜਿਹਦੇ ਪਿੱਛੇ ਫਿਰਦੀ ਤੂੰ ਆਪ ਸੀ। ਉਹ ਪੁੱਛ ਲਈ ਨੀ ਜਾ ਕੇ ਨਾਮ ਕਦੇ ਵੀ ਕਿਤੋਂ, ਕਈਆਂ ਕੁੜੀਆਂ ਚ ਵੈਰ ਸੰਦੂ ਕਰਕੇ। ਹਾਂ ਰੌਲੇ ਦੀ ਜ਼ਮੀਨ ਜਿਹੇ ਗੱਭਰੂ ਪਿੱਛੇ, ਜ਼ਿਮੀਦਾਰ ਜੱਟੀਆਂ ਦੀ ਡਾਂਗ ਖੜਕੇ। ਰੌਲੇ ਦੀ ਜ਼ਮੀਨ ਜਿਹੇ ਗੱਭਰੂ ਪਿੱਛੇ, ਜ਼ਿਮੀਦਾਰ ਜੱਟੀਆਂ ਦੀ ਡਾਂਗ ਖੜਕੇ। ਖੜੀ ਹੁੰਦੀ ਮੋੜ ਤੇ, ਕਦੇ ਕਦੇ ਮਾਰਦੀ ਸਲੂਟ ਨੀ, ਕਦੇ ਫਤੇ ਤੂੰ ਬੁਲਾਵੇਂ ਹੱਥ ਜੋੜ ਕੇ। ਉਹ ਦੇਖਦੀ ਏ ਬੀਬੀ ਟੀ ਦੀ ਪੋਸ਼ ਬੱਲੀਏ, ਲੰਘਦਾ ਜਦੋਂ ਮੈਂ ਤੇਰੇ ਪਿੰਡੋਂ ਤੜਕੇ। ਹਾਂ ਰੌਲੇ ਦੀ ਜ਼ਮੀਨ ਜਿਹੇ ਗੱਭਰੂ ਪਿੱਛੇ, ਜ਼ਿਮੀਦਾਰ ਜੱਟੀਆਂ ਦੀ ਡਾਂਗ ਖੜਕੇ। ਰੌਲੇ ਦੀ ਜ਼ਮੀਨ ਜਿਹੇ ਗੱਭਰੂ ਪਿੱਛੇ, ਜ਼ਿਮੀਦਾਰ ਜੱਟੀਆਂ ਦੀ ਡਾਂਗ ਖੜਕੇ। ਗੱਲ ਕਰਦਾ ਏ ਸਾਫ ਤੇ ਕਰਾਰੀ ਨੀ, ਪਹਿਲਾਂ ਬੇਬੇ ਦੀ ਸਲਾਹ ਜੱਟ ਲਊਗਾ, ਉਹ ਤੋਂ ਬਾਅਦ ਲਾਊ ਤੇਰੇ ਨਾਲ ਯਾਰੀ ਨੀ। ਉਹ ਬੇਬੇ ਨੂੰ ਪਸੰਦ ਆ ਗਈ, ਹਾਂ ਕਰ ਦੂੰ, ਫਾਇਦਾ ਨੀ ਕਿਸੇ ਨਾ ਮੇਰੇ ਪਿੱਛੇ ਲੜਕੇ। ਹਾਂ ਰੌਲੇ ਦੀ ਜ਼ਮੀਨ ਜਿਹੇ ਗੱਭਰੂ ਪਿੱਛੇ, ਜ਼ਿਮੀਦਾਰ ਜੱਟੀਆਂ ਦੀ ਡਾਂਗ ਖੜਕੇ। ਰੌਲੇ ਦੀ ਜ਼ਮੀਨ ਜਿਹੇ ਗੱਭਰੂ ਪਿੱਛੇ, ਜ਼ਿਮੀਦਾਰ ਜੱਟੀਆਂ ਦੀ ਡਾਂਗ ਖੜਕੇ। ਸਾਡੀ ਆਉਣਾ ਪਰ ਕਦੇ ਨਾ ਬੁਲਾਉਣਾ, ਅੱਖਾਂ ਰਾਹੀਂ ਸਮਝਾਉਣਾ ਇਜ਼ਹਾਰ ਨਹੀਂ ਤਾਂ ਕੀ ਏ। ਅੱਗੇ ਆ ਕੇ ਨਾ ਜਿਤਾਉਣਾ, ਤੇਰਾ ਵਿੱਚੋਂ ਵਿੱਚ ਹੀ ਚਾਉਣਾ, ਇਹ ਸੰਗਣਾ ਸੰਗਾਉਣਾ ਦੱਸ ਪਿਆਰ ਨਹੀਂ ਤਾਂ ਕੀ। ਯਾਰੋ ਜੱਟੀ ਜੱਟ ਨੂੰ ਦਲੇਰ ਮਿਲ ਗਈ, ਯਾਰੋ ਜੱਟੀ ਜੱਟ ਨੂੰ ਦਲੇਰ ਮਿਲ ਗਈ, ਖੜ ਜਾਂਦੀ ਹੈ ਮੋਢੇ ਨਾਲ।